ਸਤਿ ਸ਼੍ਰੀ ਅਕਾਲ ਦੋਸਤੋ, ਤੁਹਾਡਾ ਵੈਲਕਮ ਆ ਤੁਹਾਡੇ ਹੀ ਆਪਣੇ ਚੈਨਲ ਇੱਕ ਮਹਿਰਾ 'ਚ। ਦੋਸਤੋ, ਅੱਜ ਦੀ ਜੋ ਐਪਲੀਕੇਸ਼ਨ ਬਹੁਤ ਵਧੀਆ, ਬਹੁਤ ਜ਼ਬਰਦਸਤ ਆ, ਮੈਨੂੰ ਤਾਂ ਬਹੁਤ ਵਧੀਆ ਲੱਗੀ ਹੈ। ਠੀਕ ਆ, ਤਾਂ ਮੈਨੂੰ ਤਾਂ ਬਹੁਤ ਇਹਦਾ ਫਾਇਦਾ ਹੋਇਆ ਵਾ। ਤਾਂ ਦੋਸਤੋ, ਇਸ ਐਪਲੀਕੇਸ਼ਨ ਦਾ ਮਤਲਬ ਇਹ ਹੈ ਕਿ ਮੰਨ ਲਓ ਕਿ ਆਪਾਂ ਰਾਤ ਨੂੰ ਸੁੱਤੇ ਹੋਏ ਹਾਂ ਅਤੇ ਆਪਾਂ ਨੂੰ ਕੋਈ ਮੈਸੇਜ ਆਉਂਦਾ ਵਾ ਅਤੇ ਆਪਾਂ ਕਿਸੇ ਫਰੈਂਡ ਦਾ ਰਿਪਲਾਈ ਨਹੀਂ ਕਰ ਸਕਦੇ। ਠੀਕ ਆ, ਕਿਉਂਕਿ ਆਪਾਂ ਸੁੱਤੇ ਹੁੰਦੇ ਹਾਂ। ਅਤੇ ਮੰਨ ਲਓ ਹੁਣ ਆਪਾਂ ਆਪਣੇ ਵਟਸਐਪ ਨੂੰ ਆਟੋ 'ਤੇ ਲਗਾ ਦੇਣਾ, ਠੀਕ ਆ, ਅਤੇ ਰਾਤ ਨੂੰ ਤੁਸੀਂ ਸੁੱਤੇ ਵੀ ਹੋਵੋਗੇ ਤਾਂ ਤੁਹਾਡਾ ਵਟਸਐਪ ਆਪਣੇ ਆਪ ਕੰਮ ਕਰਦਾ ਰਹੇਗਾ ਅਤੇ ਤੁਹਾਡੇ ਦੋਸਤਾਂ ਨੂੰ ਔਰ ਤੁਹਾਡੀ ਫੈਮਿਲੀ ਮੈਂਬਰ ਨੂੰ ਆਪਣੇ ਆਪ ਇਹ ਰਿਪਲਾਈ ਕਰਦਾ ਰਹੇਗਾ। ਅਤੇ ਜਿੱਦਾਂ ਕਿ ਮੰਨ ਲਓ ਤੁਸੀਂ ਕੰਮ 'ਤੇ ਹੋ, ਕੰਮ 'ਤੇ ਵਿੱਚ ਵੀ ਬਿਜ਼ੀ ਹੋ ਤਾਂ ਤੁਸੀਂ ਕਿਸੇ ਨੂੰ ਰਿਪਲਾਈ ਨਹੀਂ ਕਰ ਸਕਦੇ ਆਪਣੇ ਵਟਸਐਪ 'ਤੇ। ਠੀਕ ਆ, ਕਿਸੇ ਦਾ ਵੀ ਤਾਂ ਤੁਸੀਂ ਆਪਣੇ ਵਟਸਐਪ ਨੂੰ ਆਟੋ 'ਤੇ ਲਗਾ ਦੇਣਾ ਤਾਂ ਕਿ ਤੁਹਾਨੂੰ ਕੰਮ ਵਿੱਚ ਕੋਈ ਡਿਸਟਰਬ ਨਾ ਕਰੇ ਅਤੇ ਵਟਸਐਪ ਆਪਣਾ ਆਪ ਹੀ ਕੰਮ ਕਰਦਾ ਰਹੇ ਔਰ ਆਪਣੇ ਆਪ ਹੀ ਰਿਪਲਾਈ ਤੁਹਾਡੇ ਦੋਸਤਾਂ ਔਰ ਫੈਮਿਲੀ ਮੈਂਬਰ ਨੂੰ ਕਰਦਾ ਰਹੇ। ਜਿਸ ਤਰ੍ਹਾਂ ਕਿ ਦੋਸਤੋ, ਮੈਂ ਤੁਹਾਨੂੰ ਹੁਣ ਦਿਖਾਉਂਦਾ ਵਾਂ, ਇਸ ਮੇਰੇ ਫੋਨ ਵਿੱਚ ਮੈਸੇਜ ਆਏਗਾ ਅਤੇ ਦੋਸਤੋ ਕਿ ਮੈਂ ਆਪਣੇ ਲੈਪਟੋਪ 'ਤੇ ਹੀ ਇੱਕ ਵਟਸਐਪ ਨੂੰ ਚਲਾਇਆ ਹੋਇਆ। ਠੀਕ ਆ, ਤਾਂ ਮੈਂ ਤੁਹਾਨੂੰ ਦੱਸਦਾ ਵਾਂ। ਠੀਕ ਆ, ਤਾਂ ਮੰਨ ਲਓ ਮੈਂ ਆਪਣੇ ਦੋਸਤ ਨੂੰ ਯਾਨੀ ਸੋਰੀ ਆਪਣੇ ਫੋਨ 'ਤੇ ਹੀ ਮੈਸੇਜ ਕਰਦਾ ਵਾਂ ਗੁੱਡ ਮੋਰਨਿੰਗ ਦਾ। ਗੁੱਡ ਮੋਰਨਿੰਗ, ਤਾਂ ਤੁਸੀਂ ਦੇਖਿਆ ਦੋਸਤੋ ਕਿ ਮੈਨੂੰ ਆਪਣੇ ਆਪ ਹੀ ਰਿਪਲਾਈ ਆ ਗਿਆ, ਵੈਰੀ ਗੁੱਡ ਮੋਰਨਿੰਗ ਡੀਅਰ। ਓਕੇ, ਤਾਂ ਮੈਂ ਹੁਣ ਇੱਥੇ ਲਿਖ ਦੇਣਾ ਗੁੱਡ ਨਾਈਟ, ਗੁੱਡ ਨਾਈਟ। ਤੁਸੀਂ ਦੇਖ ਰਹੇ ਹੋ ਦੋਸਤੋ ਕਿ ਮੈਨੂੰ ਆਪਣੇ ਆਪ ਹੀ ਰਿਪਲਾਈ ਆ ਗਿਆ ਗੁੱਡ ਨਾਈਟ ਡੀਅਰ। ਓਕੇ, ਤਾਂ ਅੱਗੇ ਲਿਖਦੇ ਹਾਂ ਕਿਆ ਕਰ ਰਹੇ ਹੋ, ਕਿਆ ਕਰ ਰਹੇ ਹੋ। ਤਾਂ ਮੈਨੂੰ ਅੱਗੇ ਰਿਪਲਾਈ ਆ ਗਿਆ ਆਪਣੇ ਆਪ ਹੀ ਕਿ ਮੈਂ ਸੋ ਰਹਾ ਹੂੰ। ਠੀਕ ਹੈ ਦੋਸਤੋ, ਤੁਸੀਂ ਦੇਖਿਆ ਕਿ ਮੈਨੂੰ ਆਪਣੇ ਆਪ ਹੀ, ਮੈਂ ਆਪਣੇ ਇਸ ਫੋਨ 'ਤੇ ਹੀ ਮੈਸੇਜ ਕਰ ਰਿਹਾ ਵਟਸਐਪ 'ਤੇ, ਤਾਂ ਮੈਂ ਆਪਣੇ ਫੋਨ ਨੂੰ ਟੱਚ ਵੀ ਨਹੀਂ ਕੀਤਾ, ਸਿਰਫ ਆਪਣੇ ਲੈਪੀ ਨੂੰ ਕਰ ਰਿਹਾ ਵਾਂ। ਠੀਕ ਹੈ, ਤਾਂ ਮੈਨੂੰ ਆਪਣੇ ਆਪ ਹੀ ਰਿਪਲਾਈ ਮਿਲ ਰਿਹਾ ਵਾ। ਠੀਕ ਆ, ਤਾਂ ਅੱਗੇ ਮੈਂ ਇੱਕ ਹੋਰ ਤੁਹਾਨੂੰ ਦੱਸ ਦੇਣਾ, ਵਟ ਵਟ ਆਰ ਯੂ ਡੂਇੰਗ। ਮੈਂ ਮੈਸੇਜ ਕੀਤਾ ਵਟ ਆਰ ਯੂ ਡੂਇੰਗ, ਤੁਸੀਂ ਦੇਖਿਆ ਦੋਸਤੋ ਲਿਖਿਆ ਆ ਨੋ ਨਾਥਿੰਗ ਡੀਅਰ। ਓਕੇ, ਤਾਂ ਦੋਸਤੋ ਚਲੋ ਅੱਗੇ ਮੈਂ ਤੁਹਾਨੂੰ ਦੱਸਦਾ ਵਾਂ ਇਸ ਐਪਲੀਕੇਸ਼ਨ ਬਾਰੇ। ਠੀਕ ਆ, ਕਿ ਐਪਲੀਕੇਸ਼ਨ ਦਾ ਨਾਮ ਕੀ ਆ ਔਰ ਇਹਨੂੰ ਕਿੱਦਾਂ ਇਹਦੀ ਸੈਟਿੰਗ ਕਿੱਦਾਂ ਕਰਨੀ ਹੈ ਐਪਲੀਕੇਸ਼ਨ ਦੀ। ਠੀਕ ਆ ਦੋਸਤੋ, ਇਸ ਲਾਲ ਬਟਨ ਦਬਾ ਕੇ ਤੁਸੀਂ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਔਰ ਨਾਲ ਲੱਗੇ ਘੰਟੇ ਨੂੰ ਵੀ ਦਬਾ ਦਿਓ ਤਾਂ ਕਿ ਵੀਡੀਓ ਅਪਲੋਡ ਹੋਣ ਦੇ ਸਭ ਤੋਂ ਪਹਿਲਾਂ ਤੁਹਾਨੂੰ ਸੂਚਨਾ ਮਿਲ ਜਾਵੇ। ਤਾਂ ਦੋਸਤੋ, ਤੁਸੀਂ ਸਭ ਤੋਂ ਪਹਿਲਾਂ ਆਪਣੇ ਪਲੇ ਸਟੋਰ ਨੂੰ ਓਪਨ ਕਰਨਾ ਔਰ ਇਸ ਐਪਲੀਕੇਸ਼ਨ ਦਾ ਲਿੰਕ ਤੁਹਾਨੂੰ ਵੀਡੀਓ ਦੇ ਥੱਲੇ ਵੀ ਮਿਲ ਜਾਏਗਾ। ਠੀਕ ਹੈ ਦੋਸਤੋ, ਤਾਂ ਆਪਾਂ ਸਰਚ ਕਰਨਾ ਹੈਗਾ ਆਟੋ ਰਿਪਲਾਈ ਵਟਸਐਪ। ਠੀਕ ਆ, ਆਟੋ ਰਿਪਲਾਈ। ਤਾਂ ਤੁਸੀਂ ਦੇਖਿਆ ਦੋਸਤੋ ਕਿ ਇਹਦੀ ਜੋ ਕਿ ਲੋਗੋ ਹੈਗਾ ਇਸ ਤਰ੍ਹਾਂ ਦਾ ਬਣਿਆ ਹੋਇਆ ਵਾ। ਠੀਕ ਆ, ਤਾਂ ਮੈਂ ਇਸ ਨੂੰ ਆਲਰੇਡੀ ਹੀ ਡਾਊਨਲੋਡ ਕੀਤਾ ਹੋਇਆ ਵੈਸੇ, ਜੋ ਕਿ ਤੁਹਾਨੂੰ ਮੈਂ ਦਿਖਾ ਰਿਹਾ ਸੀਗਾ, ਤਾਂ ਮੈਂ ਇਸ ਨੂੰ ਓਪਨ ਕਰਦਾ ਵਾਂ। ਤਾਂ ਥੱਲੇ ਮੇ ਬੀ ਲੇਟਰ ਯਾਨੀ ਕਿ ਇਹਦਾ ਲਿਖ ਦੇਣਾ। ਠੀਕ ਆ, ਸੋਰੀ ਕਲਿੱਕ ਕਰ ਦੇਣਾ, ਆਪਾਂ ਨੂੰ ਸਟਾਰ ਦੇਣੇ, ਸਟਾਰ ਸਟੂਰ ਤਾਂ ਚਲੋ ਬਾਅਦ 'ਚ ਵੀ ਦੇ ਦੇਵਾਂਗੇ। ਤਾਂ ਦੋਸਤੋ, ਜਿੱਦਾਂ ਕਿ ਤੁਸੀਂ ਦੇਖ ਰਹੇ ਹੋ ਮੇਰੇ ਹੁਣ ਫੋਨ 'ਤੇ ਕਿ ਮੈਂ ਆਲਰੇਡੀ ਹੀ ਲਿਖਿਆ ਹੋਇਆ, ਜਿਵੇਂ ਕਿ ਪਹਿਲੇ ਨੰਬਰ ਤੋਂ ਉੱਪਰ ਲਿਖਿਆ ਹੋਇਆ, ਮੈਨੂੰ ਕੋਈ ਮੈਸੇਜ ਕਰੇ ਹੈਲੋ ਤਾਂ ਮੈਂ ਉਹਦਾ ਰਿਪਲਾਈ ਚਲ ਜਾਵੇ ਹਾਏ। ਠੀਕ ਆ, ਤਾਂ ਉੱਪਰ ਤੋਂ ਬਾਅਦ 'ਚੋਂ ਆ ਰਿਹਾ ਕਿ ਹਵਰ ਆਰ ਯੂ। ਠੀਕ ਆ, ਇਹ ਮੈਂ ਆਪਣੇ ਯਾਨੀ ਕਿ ਲਿਖਿਆ ਹੋਇਆ ਤਾਂ ਥੱਲੇ ਲਿਖਿਆ ਯਾਨੀ ਕਿ ਇਹਨਾਂ ਦਾ ਰਿਪਲਾਈ ਆਉਣਾ ਕਿ ਆਪਾਂ ਕਿਸੇ ਨੂੰ ਰਿਪਲਾਈ ਕਰਨਾ ਆਈ ਐਮ ਫਾਈਨ ਐਂਡ ਯੂ ਓਕੇ। ਤਾਂ ਅੱਗੇ ਦੋਸਤੋ ਤੁਸੀਂ ਲਿਖ ਦੇਣਾ ਕਿ ਵਟ ਆਰ ਯੂ ਡੂਇੰਗ ਓਕੇ, ਜੋ ਵੀ ਤੁਹਾਡੇ ਦਿਲ ਕਰਦਾ ਵਾ, ਜੋ ਵੀ ਤੁਸੀਂ ਲਿਖਣਾ ਵਾ। ਤੁਹਾਨੂੰ ਪਤਾ ਮੈਸੇਜ ਤੁਹਾਡੇ ਫਰੈਂਡਾਂ 'ਤੇ ਕਿੱਦਾਂ ਦੇ ਆਉਂਦੇ। ਠੀਕ ਆ, ਤਾਂ ਉਹਨੂੰ ਰਿਪਲਾਈ ਕਿੱਦਾਂ ਦਾ ਕਰਨਾ ਤਾਂ ਤੁਸੀਂ ਲਿਖ ਦੇਣਾ। ਠੀਕ ਆ, ਜਿਵੇਂ ਕਿ ਮੈਂ ਲਿਖਿਆ ਗੁੱਡ ਮੋਰਨਿੰਗ ਓਕੇ, ਗੁੱਡ ਮੋਰਨਿੰਗ ਆਪਾਂ ਨੂੰ ਕੋਈ ਮੈਸੇਜ ਕਰੇਗਾ ਤਾਂ ਉਹਦਾ ਰਿਪਲਾਈ ਅੱਗੋਂ ਆਪਣੇ ਆਪ ਜਾਏਗਾ ਵੈਰੀ ਗੁੱਡ ਮੋਰਨਿੰਗ। ਠੀਕ ਆ, ਇਹ ਤੁਹਾਨੂੰ ਆਪ ਨੂੰ ਲਿਖਣਾ ਪੈਣਾ ਵਾ। ਠੀਕ ਆ, ਇੱਕ ਵਾਰੀ ਲਿਖ ਕੇ ਰੱਖ ਦੇਣਾ, ਲਿਖ ਦੇਣਾ ਇਸ ਐਪਲੀਕੇਸ਼ਨ 'ਚ, ਬਾਅਦ 'ਚੋਂ ਆਪਣੇ ਆਪ ਹੀ ਮੈਸੇਜ ਆਟੋ 'ਤੇ ਜਾਂਦਾ ਰਹੇਗਾ। ਠੀਕ ਆ ਦੋਸਤੋ, ਤਾਂ ਇਹਦੇ ਯਾਨੀ ਕਿ ਲਿਖਣ ਦਾ ਤਰੀਕਾ ਕੀ ਆ ਯਾਨੀ ਐਡ ਕਰਨ ਦਾ। ਠੀਕ ਆ, ਤਾਂ ਦੋਸਤੋ ਆ ਪਹਿਲਾ ਨੰਬਰ ਆ। ਠੀਕ ਆ, ਠੀਕ ਆ, ਇੱਥੇ ਇਹਦੇ ਵਿੱਚ ਆਪਾਂ ਲਿਖ ਦੇਣਾ ਆਪ ਕਹਾਂ ਹੋ। ਠੀਕ ਆ ਦੋਸਤੋ, ਤਾਂ ਉਸ ਤੋਂ ਅੱਗੇ ਥੱਲੇ ਆ ਜਾਣਾ, ਥੱਲੇ ਜਿਹੜਾ ਲਿਖਿਆ ਆ ਰਿਹਾ ਕਿ ਗ੍ਰੀਨ ਕਲਰ 'ਤੇ ਰਿਪਲਾਈ ਮੈਸੇਜ ਓਕੇ, ਮੈਂ ਘਰ 'ਤੇ
ਠੀਕ ਹੈ ਦੋਸਤੋ, ਤਾਂ ਇਹਨੂੰ ਤੁਸੀਂ ਅੱਗੇ ਦੋਸਤੋ ਇੱਕ ਹੋਰ ਤੁਹਾਨੂੰ ਦੱਸਦਾ, ਜਿੱਦਾਂ ਕਿ ਕਿੱਧਰ ਗਿਆ ਕਿੱਧਰ ਗਿਆ, ਸੋਰੀ, ਇਹਦੇ ਵਿੱਚ ਤੁਸੀਂ ਆਪਣਾ ਇੱਕ ਨੰਬਰ ਵੀ ਆ ਰਿਹਾ, ਠੀਕ ਆ, ਇਸ ਇੱਥੇ ਆਪਣਾ ਕੋਈ ਵੀ ਇੱਕ ਨੰਬਰ ਵੀ ਸਿਲੈਕਟ ਕਰ ਸਕਦੇ ਹਾਂ, ਮੰਨ ਲਓ ਕੋਈ ਗਰਲਫ੍ਰੈਂਡ ਆ ਜਾਂ ਕੋਈ ਬੋਏਫ੍ਰੈਂਡ ਆ ਤੁਹਾਡਾ, ਠੀਕ ਆ, ਪਰਸਨਲੀ ਉਸਨੂੰ ਹੀ ਰਿਪਲਾਈ ਜਾਵੇ, ਕਿਸੇ ਹੋਰ ਨਾਲ ਜਾਵੇ, ਉਸਦਾ ਨੰਬਰ ਜਾਂ ਜੋ ਵੀ ਹੈਗਾ ਐਡ ਨੰਬਰ ਹੈਗਾ ਉਹਦਾ ਇਹਦੇ ਵਿੱਚ ਪਾ ਦੇਣਾ, ਠੀਕ ਆ, ਤਾਂ ਬਸ ਸਿਰਫ ਉਸਨੂੰ ਹੀ ਰਿਪਲਾਈ ਦਾ ਮੈਸੇਜ ਆਏਗਾ, ਕਿਸੇ ਹੋਰ ਨੂੰ, ਠੀਕ ਆ, ਤਾਂ ਬਾਅਦ 'ਚ ਆਪਾਂ ਨੂੰ ਓਕੇ ਕਰ ਦੇਣਾ, ਠੀਕ ਆ, ਓਕੇ ਕਰਕੇ ਤੁਸੀਂ ਦੇਖਿਆ ਦੋਸਤੋ ਇੱਥੇ ਇਹਦੇ ਵਿੱਚ ਐਡ ਹੋ ਜਾਏਗਾ, ਠੀਕ ਆ, ਜੇ ਆਪਾਂ ਮੰਨ ਲਓ ਹੋਰ ਵੀ ਕੁਛ ਲਿਖਣਾ ਵਾ, ਆਈ ਲਵ ਯੂ, ਤਾਂ ਥੱਲੇ ਇੰਜ ਦਾ ਰਿਪਲਾਈ ਲਿਖ ਦੇਣਾ, ਆਈ ਲਵ ਯੂ ਟੂ, ਓਕੇ, ਤਾਂ ਸਕਰੀਨ ਨੂੰ ਫਿਰ ਕਲਿੱਕ ਕਰ ਦੇਣਾ, ਓਕੇ ਕਰ ਦੇਣਾ, ਠੀਕ ਆ, ਅਤੇ ਇਹਦੇ ਵਿੱਚ ਆਟੋਮੈਟਿਕ ਹੀ ਐਡ ਹੋ ਜਾਏਗਾ, ਤੁਸੀਂ ਦੇਖਿਆ ਦੋਸਤੋ ਕਿ ਹੁਣ ਜੋ ਲਿਖਿਆ ਸੀ ਆਈ ਲਵ ਯੂ ਉਹਦਾ ਆਈ ਲਵ ਯੂ ਟੂ ਆ ਗਿਆ, ਠੀਕ ਆ, ਤਾਂ ਮੈਂ ਤੁਹਾਨੂੰ ਇੱਕ ਵਾਰੀ ਫਿਰ ਚੈਟ ਕਰਕੇ ਦਿਖਾ ਦਿੰਦਾ, ਠੀਕ ਆ, ਕਿ ਆਈ ਲਵ ਯੂ ਵੀ ਆਉਂਦਾ, ਆਈ ਲਵ ਯੂ ਦੇਖਦੇ ਆਂਦਾ ਮੈਸੇਜ, ਤੁਸੀਂ ਦੇਖਿਆ ਦੋਸਤੋ ਦਾ ਆਪਣੇ ਆਪ ਹੀ ਮੈਸੇਜ ਆ ਗਿਆ ਆਈ ਲਵ ਯੂ ਟੂ। ਤਾਂ ਦੋਸਤੋ ਤੁਸੀਂ ਮੈਨੂੰ ਜ਼ਰੂਰ ਦੱਸਣਾ ਤੁਹਾਨੂੰ ਇਹ ਐਪਲੀਕੇਸ਼ਨ ਕਿੱਦਾਂ ਦੀ ਲੱਗੀ, ਠੀਕ ਆ ਦੋਸਤੋ, ਤਾਂ ਤੁਸੀਂ ਮੇਰੇ ਚੈਨਲ ਨੂੰ ਵੀ ਜ਼ਰੂਰ ਸਪੋਰਟ ਕਰੋ ਅਗਰ ਉਹ ਦੋਸਤੋ, ਠੀਕ ਆ, ਤਾਂ ਮੈਂ ਤੁਸੀਂ ਦੇਖ ਰਹੇ ਹੋ ਮੇਰੇ ਚੈਨਲ ਆ, ਠੀਕ ਆ, ਇੱਕ ਮਹਿਰਾ ਚੈਨਲ, ਮੇਰੀਆਂ ਕੁਛ ਕੁ ਯਾਨੀ ਕਿ ਜ਼ਿਆਦੀਆਂ ਨਹੀਂ ਹੈਗੀਆਂ, 10-15 ਕੁ ਵੀਡੀਓ ਬਣੀਆਂ ਹੋਈਆਂ ਵਾਂ, ਠੀਕ ਆ, ਤਾਂ ਔਰ ਤੁਸੀਂ ਮੇਰੇ ਚੈਨਲ ਜ਼ਰੂਰ ਸਬਸਕ੍ਰਾਈਬ ਕਰਨਾ, ਠੀਕ ਆ ਦੋਸਤੋ, ਤਾਂ ਥੈਂਕ ਯੂ ਸੋ ਮੱਚ ਵਾਚਿੰਗ ਮਾਈ ਵੀਡੀਓ, ਤੁਸੀਂ ਇੰਨਾ ਆਪਣਾ ਕੀਮਤੀ ਟਾਈਮ ਕੱਢ ਕੇ ਮੇਰੀ ਵੀਡੀਓ ਨੂੰ ਦੇਖਿਆ, ਇਸ ਲਈ ਮੈਂ ਤੁਹਾਡਾ ਆਪਣਾ ਦਿਲੋਂ ਧੰਨਵਾਦ ਕਰਦਾ ਹਾਂ, ਠੀਕ ਆ ਦੋਸਤੋ, ਥੈਂਕ ਯੂ, ਬਾਏ।